ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਬਹੁਤ ਹੀ ਪਵਿੱਤਰ ਅਸਥਾਨ ਸ਼੍ਰੀ ਨਿਰਵਾਣ ਆਸ਼ਰਮ ਰਾਮਪੁਰਾ ਨਰੈਣਪੁਰਾ, ਜਿੱਥੇ ਸ਼੍ਰੀ ਮਾਨ ਪਰਮ ਪੂਜਿਆ ਬਾਬਾ ਸ਼ਾਮ ਪ੍ਰਕਾਸ਼ ਜੀ ਦੀ 53ਵੀਂ ਸਾਲਾਨਾ ਬਰਸੀ, ਸ਼੍ਰੀ ਮਾਨ ਮਹੰਤ ਅਮਰ ਪ੍ਰਕਾਸ਼ ਜੀ ਦੀ 26ਵੀਂ ਸਾਲਾਨਾ ਬਰਸੀ ਅਤੇ ਬ੍ਰਹਮਲੀਨ ਮਹੰਤ ਸੁਖਦੇਵਾਨੰਦ ਮਹਾਰਾਜ ਜੀ ਦੀ 6ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀ ਨਿਸ਼ੀਨ ਸ਼੍ਰੀ ਮਾਨ ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਮਹਾਰਾਜ ਜੀ, ਸਮੂਹ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਸ਼੍ਰੀ ਮਾਨ ਮਹੰਤ ਬਲਵਿੰਦਰ ਦਾਸ ਜੀ ਮੁੱਲਾਪੁਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਭੇ ਦੀ ਸਮਾਨ ਆਪਣੀ ਮਿਹਰ ਕਰ, ਸਭੇ ਦੀ ਸਮਾਨ ਆਪਣੀ ਮਿਹਰ ਕਰ, 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 ਅੰਨ ਪਾਣੀ ਮੁੱਝ ਉਪਾਏ, ਮੁੱਝ ਉਪਾਏ, ਅੰਨ ਪਾਣੀ ਮੁੱਝ ਉਪਾਏ, ਮੁੱਝ ਉਪਾਏ, ਦੁੱਖ ਦਾਲਤ ਭੰਨ ਤਰ, ਦੁੱਖ ਦਾਲਤ ਭੰਨ ਤਰ, ਦੁੱਖ ਦਾਲਤ ਭੰਨ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਭੇ ਦੀ ਸਮਾਨ।
ਸਮਾਂ
ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਨਾਨਕ ਨਾਮ ਤੇ ਆਏ, ਨਾਮ ਤੇ ਆਏ, ਨਾਨਕ ਨਾਨਕ ਨਾਮ ਤੇ ਆਏ, ਨਾਨਕ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭੇ ਦੀ ਸਮਾਰ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਕਿ ਪਦਾਰਥਵਾਦੀ ਦੌੜ ਦੇ ਸਾਰੇ ਮਾਂ ਪਿਓ ਵੀ ਬਣ ਜਾਂਦੇ ਨੇ। ਮੈਂ ਬਹੁਤ ਸਾਰੇ ਇੱਦਾਂ ਦੇ ਪਰਿਵਾਰ ਵੇਖੇ ਨੇ, ਜੇ ਦੋ ਚਾਰ ਬੱਚੇ ਨੇ ਕਿਸੇ ਮਾਂ ਪਿਓ ਦੇ, ਉਹ ਛੇ ਛੇ ਮਹੀਨੇ ਪ੍ਰਸ਼ਾਦਾ ਦਿੰਦੇ ਨੇ, ਛੇ ਮਹੀਨੇ ਮੈਂ ਦੋ, ਤੇ ਛੇ ਮਹੀਨੇ ਮੇਰਾ ਦੂਜਾ ਭਾਈ, ਤੇ ਛੇ ਮਹੀਨੇ ਤੀਸਰਾ ਭਾਈ। ਇਹ ਕਿੱਥੇ ਦਾ ਵਿਤਾਰਾ ਬਈ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦ ਧਰਮ ਸਾਨੂੰ ਇਹ ਗੱਲ ਸਿਖਾ ਰਹੇ? ਸਭ ਤੋਂ ਪਹਿਲੀ ਸਿੱਖਿਆ ਤੇ ਸਾਨੂੰ ਮਾਂ ਪਿਓ ਤੋਂ ਮਿਲਦੀ। ਸਭ ਤੋਂ ਪਹਿਲੇ ਗੁਰੂ ਮਾਂ ਪਿਓ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਜੇ ਮਾਂ ਪਿਓ ਦਾ ਸਤਿਕਾਰ ਕਰਨਾ ਨਹੀਂ ਅਸੀਂ ਜਾਣਦੇ, ਜਿੱਥੇ ਮਰਜ਼ੀ ਮੱਥਾ ਟੇਕੀ ਜਾਇਓ ਤੇ ਮੱਥਾ ਟੇਕਿਆ ਤੁਹਾਡਾ ਪਰਿਵਾਰ ਨਹੀਂ ਹੋਣਾ। ਇਹ ਗੁਰੂ ਨਾਨਕ ਦਾ ਦਰਬਾਰ ਹੈ, ਬਾਬਾ ਸ੍ਰੀ ਚੰਦਰ ਜੀ ਦਾ ਦਰਬਾਰ ਹੈ, ਮਹਾਂਪੁਰਖਾਂ ਦਾ ਦਰਬਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਤਖ਼ਤ ਤੇ ਸੁਸ਼ੋਭਿਤ ਨੇ ਇੱਥੇ। ਪਿਆਰਿਓ, ਜਿਹੜਾ ਅੱਜ ਦਾ ਲੈਸਨ ਹੈ ਨਾ, ਅੱਜ ਦਾ ਜੋ ਇੱਥੋਂ ਦਾ ਸਬਜੈਕਟ ਹੈ ਨਾ, ਉਹ ਪਰਮਾਤਮਾ ਦੇ ਉਸ ਅਕਾਲ ਪੁਰਖ ਦੇ, ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਜੁੜਨ ਦੇ ਮਾਰਗ ਦਰਸਾਉਣ ਦਾ ਅੱਜ ਦਾ ਸਬਜੈਕਟ ਹੈ। ਸਾਡੇ ਗੁਰਬਾਣੀ ਦੇ ਉਸ ਪਾਵਨ ਪਵਿੱਤਰ ਗਿਆਨ ਨੂੰ, ਉਸ ਸਿਧਾਂਤ ਨੂੰ
ਦੁਨੀਆਂ ਦੇ ਸਾਹਮਣੇ ਰੱਖਣ ਦਾ ਅੱਜ ਦਾ ਸਬਜੈਕਟ ਹੈ ਸਾਡਾ। ਅੱਜ ਬਹੁਤ ਸਾਰੀਆਂ ਕੁਰੀਤੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਘਾਉ ਕਰਦੀਆਂ ਜਾ ਰਹੀਆਂ ਨੇ। ਆਉਣ ਵਾਲਾ ਸਮਾਂ ਇਤਨਾ ਵਧੀਆ ਨਹੀਂ ਹੋਏਗਾ, ਇਤਨਾ ਚੰਗਾ ਨਹੀਂ ਹੋਏਗਾ, ਜੇਕਰ ਪ੍ਰੈਕਟੀਕਲ ਤੌਰ ਤੇ ਅਸੀਂ ਗੁਰਬਾਣੀ ਦੇ ਉਸ ਸਿਧਾਂਤ ਨੂੰ ਆਪਣੇ ਤੇ ਅਪਣਾਵਾਂਗੇ ਨਹੀਂ। ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਕੇ, ਮਹਾਂਪੁਰਖਾਂ ਦੇ ਦੀਦਾਰੇ ਕਰਕੇ, ਮਹਾਂਪੁਰਖਾਂ ਦੇ ਪ੍ਰਵਚਨ ਸੁਣ ਕੇ, ਉਹਨਾਂ ਦੇ ਮਾਰਗਦਰਸ਼ਨ ਵਿੱਚੋਂ ਸਾਨੂੰ ਸੇਧ ਲੈਣੀ ਚਾਹੀਦੀ। ਕਿੰਨੀਆਂ ਸੇਵਾਵਾਂ ਆਰੰਭੀਆਂ ਹੋਈਆਂ ਨੇ ਮਹਾਂਪੁਰਸ਼ਾਂ ਦੇ ਧਾਰੇ ਲਈ, ਸੰਗਤਾਂ ਲਈ, ਮਨੁੱਖਤਾ ਲਈ। ਦਵਾਖਾਨੇ ਆ ਪਿੱਛੇ ਜੇ ਆ ਗੂੰਗਾ ਧਨ ਆ ਗਾਵਾਂ ਦੇ ਉੱਤੇ ਬਿਮਾਰੀ ਆਈ ਤੇ ਮਹਾਂਪੁਰਖਾਂ ਨੇ ਕਿਤਨੀ ਕਤੜੀ ਸਖਤ ਮਿਹਨਤ ਕਰਕੇ ਉਹ ਦਵਾਈਆਂ ਤਿਆਰ ਕੀਤੀਆਂ ਜਿਹੜੀਆਂ ਗਾਵਾਂ ਮਰ ਰਹੀਆਂ ਸਨ। ਕੁਝ ਪਲ ਵਿੱਚ ਸਰੀਰ ਸੜ ਜਾਂਦੇ ਸਨ, ਦੱਬਣ ਵਾਸਤੇ ਵੀ ਥਾਂ ਨਹੀਂ ਸੀ, ਸਿੱਟਣ ਵਾਸਤੇ ਵੀ ਥਾਂ ਨਹੀਂ ਸੀ। ਸਰਕਾਰ ਦੇ ਵੀ ਹੱਥ ਖੜੇ ਹੋ ਗਏ, ਪਰ ਇਹੋ ਜਿਹੇ ਮਹਾਂਪੁਰਸ਼ਾਂ ਨੇ ਇਹੋ ਜਿਹੀ ਮੈਡੀਸਨ ਬਣਾਈ, ਇਹੋ ਜਿਹਾ ਉਪਚਾਰ ਬਣਾਇਆ ਕਿ ਪਿਆਰੇ ਮਨੁੱਖਤਾ ਦੇ ਲਈ, ਉਹਨਾਂ ਗਾਵਾਂ ਦੇ ਲਈ, ਉਹਦੇ ਧੰਨ ਦੇ ਲਈ ਉਹ ਪ੍ਰੋਵਾਈਡ ਕਰਕੇ ਤੇ ਕਿੰਨਾ ਵੱਡਾ ਪਰ ਉਪਕਾਰ ਕੀਤਾ। ਗੁਰਸਾਹਿਬ ਨਾਮ ਮਿਲੀ ਹੈ, ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ ਸਰਹੰਦ ਦੇ ਇਲਾਕੇ, ਸਾਡੇ ਇਲਾਕੇ ਵਿੱਚੋਂ ਵੀ ਪਿਆਰਿਓ ਬਹੁਤ ਸਾਰੀਆਂ ਸੰਗਤਾਂ ਗੱਡੀਆਂ ਕਰਕੇ ਇਸ ਪਾਵਨ ਸਥਾਨ ਤੇ ਉਹਨਾਂ ਦਵਾਈਆਂ ਨੂੰ ਲੈ ਕੇ ਗਈ ਹੈ। ਰਾਮਪੁਰ ਨਰਾਇਣਪੁਰ ਦੇ ਇਸ ਪਾਵਨ ਸਥਾਨ ਤੇ ਆ ਕੇ ਸਰਕਾਰਾਂ ਨੇ ਵੀ ਆ ਕੇ ਇੱਥੇ ਮਹਾਂਪੁਰਖਾਂ ਨੂੰ ਨਮਸਕਾਰ ਕੀਤੀ ਤੇ ਮਹਾਂਪੁਰਖਾਂ ਦਾ ਆਸ਼ੀਰਵਾਦ, ਤੁਹਾਡੇ ਲੰਗਰ ਦਾ ਆਸ਼ੀਰਵਾਦ ਲਿਆ ਤੇ ਮਹਾਂਪੁਰਖਾਂ ਨੂੰ ਦਾਦ ਦਿੱਤੀ ਕਿ ਮਹਾਂਪੁਰਖੋ ਸਾਰੇ ਬਹੁਤ ਵੱਡਾ ਪਰ ਉਪਕਾਰ ਕਰਕੇ ਇਹ ਜਿਹੜੀ ਭਿਆਨਕ ਬਿਮਾਰੀ ਦੇ ਵਿੱਚ ਅੱਜ ਪਸ਼ੂ ਧਨ ਮਰਦਾ ਜਾ ਰਿਹਾ, ਇਹ ਗਾਵਾਂ ਮਰਦੀਆਂ ਜਾ ਰਹੀਆਂ ਨੇ, ਤੇ ਮਹਾਂਪੁਰਖਾਂ ਨੇ ਆਪਣੇ ਆਸ਼ੀਰਵਾਦ ਦੇ ਨਾਲ ਉਹਨਾਂ ਤੇ ਇਹ ਪਰ ਉਪਕਾਰ ਕੀਤਾ। ਬਗੈਰ ਕਿਸੇ
ਬੰਦਗੀ ਜਿੱਜਣ ਘੱਟ ਮੈਂ ਸਾਹ। ਉਹ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਵਲ ਸਾਸ ਹੈ ਤਬ ਲਗ ਇਹੋ ਕਰ ਦੇ। ਬਿਲਕੁਲ ਕਾਮ ਨਾ ਹਾਵੇ ਢਹਿ ਤੇਰੀ, ਇਹ ਸਰੀਰ ਦੇ ਮਿੱਟੀ ਹੋ ਜਾਣਾ, ਖਾਕ ਦੀ ਢੇਰੀ ਹੋ ਜਾਣਾ। ਜਿਤਨਾ ਚਿਰ ਜੀਵਨ ਹੈ ਸਵਾਸ ਨੇ ਬੰਦਗੀ ਕਰ, ਪਰਮਾਤਮਾ ਦਾ ਸਿਮਰਨ ਕਰ। ਦੇਖੀ ਕਿ ਤੇਰੇ ਜੀਵਨ ਵਿੱਚ ਕਿਤੇ ਮੈਨਸ ਨਾ ਹੋ ਜਾਏ, ਇਸ ਤੋਂ ਬਿਨਾਂ ਤੇਰੇ ਜੀਵਨ ਦੀ ਖੂਬਸੂਰਤੀ ਖਤਮ ਹੋ ਜਾਏ। ਸ੍ਰੀ ਪੰਚਾਇਤੀ ਅਖਾੜਾ ਨਿਆਂ ਉਦਾਸੀਨ ਕੰਖ ਹਰਿਦੁਆਰ ਦੇ ਪ੍ਰੈਜੀਡੈਂਟ ਮਹੰਤ ਧੂਣੀ ਦਾਸ ਜੀ ਦੀ ਅਧਿਅਕਸ਼ਤਾ ਵਿੱਚ ਰੱਖੇ ਗਏ ਇਹਨਾਂ ਸਮਾਗਮਾਂ ਮੌਕੇ ਵੱਖ ਵੱਖ ਮਹਾਂਪੁਰਸ਼ਾਂ ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਜਿਨ੍ਹਾਂ ਵਿੱਚ ਪ੍ਰੈਜੀਡੈਂਟ ਮਹੰਤ ਧੂਣੀ ਦਾਸ ਜੀ, ਮਹੰਤ ਅਮਰਦਾਸ ਜੀ ਚੱਕਦੇਸਰਾਜ, ਮਹੰਤ ਸੋਹਣ ਦਾਸ ਜੀ ਗਊਸ਼ਾਲਾ ਦਾਇਆ ਕਲਾਂ, ਮਹੰਤ ਜਮਣਾ ਦਾਸ ਜੀ ਦੁਨੇਵਾਲਾ, ਮੀਤ ਪ੍ਰਧਾਨ ਪ੍ਰਾਚੀਨ ਉਦਾਸੀਨ ਮਹਾਮੰਡਲ ਰਜਿਸਟਰਡ ਪੰਜਾਬ, ਮਹੰਤ ਸੇਵਾਦਾਸ ਜੀ ਕੋਟਫੱਤਾ, ਮਹੰਤ ਬਲਵਿੰਦਰ ਦਾਸ ਜੀ ਮੁੱਲਾਪੁਰ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਰਮੇਸ਼ਮਣੀ ਜੀ ਭਾਗੀਬਾਂਦਰ, ਮਹੰਤ ਭੂਮਾਨੰਦ ਜੀ ਰਾਪੁਰ, ਮਹਾਮਰੇਸ਼ਵਰ ਡਾਕਟਰ ਸਵਾਮੀ ਚੰਦਰਮਣੀ ਜੀ ਗਊਸ਼ਾਲਾ ਸ਼ੇਰੋਂ, ਮਹੰਤ ਮੱਖਣਮਣੀ ਜੀ ਡੇਰਾ ਗਰੀਪੁਰ ਡੁੰਮ, ਮਹੰਤ ਸ਼੍ਰੇਸ਼ਮਣੀ ਜੀ ਅੰਮ੍ਰਿਤਸਰ, ਮਹੰਤ ਰਜਿੰਦਰ ਦਾਸ ਜੀ ਉੱਪਲ, ਸੰਤ ਪ੍ਰੇਮਾਨੰਦ ਜੀ ਉੱਪਲ, ਮਹੰਤ ਬਰਿੰਦਰਮਣੀ ਜੀ ਫੇਰੂ ਮਾਨ, ਮਹੰਤ ਭਗਵਾਨ ਦਾਸ ਜੀ ਤਪਾ, ਮਹੰਤ ਸੀਤਾ ਰਾਮ ਜੀ ਰਾਜਸਥਾਨ, ਮਹੰਤ ਬੂਟੀ ਦਾਸ ਜੀ ਪੂਦਣ, ਮਹੰਤ ਗੋਪੀ ਦਾਸ ਜੀ ਗਹਿਰੀ ਬੁੱਟਰ, ਮਹੰਤ ਗਿਆਨ ਦਾਸ ਜੀ ਜੱਜੜ, ਮਹੰਤ ਭੀਮ ਦਾਸ ਜੀ ਮਾਹੀ ਨੰਗਲ, ਮਹੰਤ ਹਰਵੰਸ ਦਾਸ ਜੀ ਜਗਾ ਰਾਮ ਤੀਰਥ, ਮਹੰਤ ਮਨਸਾ ਦਾਸ ਜੀ ਗਊਸ਼ਾਲਾ ਪੱਕਾ ਕਲਾਂ, ਮਹੰਤ ਰਾਮਦਾਸ ਜੀ ਡੇਰਾ ਬਾਬਾ ਰੋਟੀ ਰਾਮ ਜੀ ਚੱਠਾ, ਮਹੰਤ ਦਮੋਦਰ ਦਾਸ ਜੀ ਜੰਡਾਲੀ, ਮਹੰਤ ਰਾਮ ਸ਼ਰਨ ਦਾਸ ਜੀ ਮੰਡੀ ਗੋਬਿੰਦਗੜ੍ਹ ਅਤੇ ਡੇਰਾ ਅਖਾੜਾ ਚਿੱਟੇਵਾਲਾ ਅੰਮ੍ਰਿਤਸਰ, ਮਹੰਤ ਪ੍ਰਤਾਪ ਦਾਸ ਜੀ ਅਖਾੜਾ ਬੇਰੀਵਾਲਾ ਅੰਮ੍ਰਿਤਸਰ, ਮਹੰਤ ਨਿਰਮਲ ਦਾਸ ਜੀ ਲੋਪੋ, ਮਹੰਤ ਵਿਵੇਕਾਨੰਦ ਜੀ ਜੱਸੀ ਪੌਵਾਲੀ, ਮਹੰਤ ਬੀਰਮ ਦਾਸ ਜੀ ਜੋਧਪੁਰ, ਮਹੰਤ ਅੰਮ੍ਰਿਤ ਮੁਨੀ ਜੀ ਖੋਸਾ ਰਣਧੀਰ, ਮਹੰਤ ਗਿਆਨ ਪ੍ਰਕਾਸ਼ ਜੀ, ਮਹੰਤ ਅੰਮ੍ਰਿਤ ਮੁਨੀ ਜੀ ਧੂਰਕੋਟ, ਮਹੰਤ ਗੁਰਚਰਨ ਦਾਸ ਜੀ ਰੌਲੀ, ਮਹੰਤ ਬਲਵੰਤ ਪ੍ਰਕਾਸ਼ ਜੀ ਰਾਜਪੁਰਾ, ਮਹੰਤ ਕਮਲ ਪ੍ਰਕਾਸ਼ ਜੀ ਰਾਜਪੁਰਾ, ਸਵਾਮੀ ਧਰਮੁਖ ਦਾਸ ਜੀ ਲੰਗ, ਮਹੰਤ ਗੋਪਾਲ ਦਾਸ ਜੀ ਕੈਲੇਬਾਂਦਰ, ਮਹੰਤ ਸੁਤਿਕਸ਼ਣ ਮੁਨੀ ਜੀ ਸਮਾਧ ਭਾਈ ਅਤੇ ਹਰਿਦੁਆਰ, ਮਹੰਤ ਸੁੰਦਰ ਦਾਸ ਜੀ ਗਊਸ਼ਾਲਾ ਪੰਜ ਗ੍ਰਾਈ, ਮਹੰਤ ਰਾਜੂ ਦਾਸ ਜੀ ਜੈਤੋਂ, ਮਹੰਤ ਸਰਮਨ ਦਾਸ ਜੀ ਫਿਰੋਜ਼ਪੁਰ, ਮਹੰਤ ਕਰਨ ਦਾਸ ਜੰਗੀਆਣਾ, ਮਹੰਤ ਸਤਮਣੀ ਭਗਤੂਣਾ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਕਿਛ ਨਾਹੀ, ਤੇਰੇ ਸੇਵਕ ਕੋ ਪਉ ਕਿਛ
ਨਾਹੀ ਜਮ ਨਹੀਂ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ
ਕੋ ਕਿਛ ਨਾਹੀ ਜਮ ਨਹੀਂ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮਹਾਂਪੁਰਸ਼ਾਂ ਦੀ ਤਾਂ ਚਾਹੇ ਉਹ ਸਾਡੇ ਸਤਿਕਾਰ ਜੋ ਬ੍ਰਹਮ ਲਈ ਪੈਨ ਪੂਜੇ ਬਾਬਾ ਸ਼ਾਂਤ ਪ੍ਰਕਾਸ਼ ਜੀ ਹੋਣ ਜਿਹਨਾਂ ਦੀ 50ਵੀਂ ਬਰਸੀ ਆਪਾਂ ਮਨਾ ਰਹੇ ਹਾਂ, ਚਾਹੇ ਸਾਡੇ ਸਤਿਕਾਰ ਜੋ ਬ੍ਰਹਮ ਲਈ ਸ਼੍ਰੀ ਮਾਨ ਅਮਰ ਪ੍ਰਕਾਸ਼ ਜੀ ਹੋਣ ਜਿਹਨਾਂ ਦੀ ਆਪਾਂ 26ਵੀਂ ਬਰਸੀ ਮਨਾ ਰਹੇ ਹਾਂ, ਤੇ ਚਾਹੇ ਸਾਡੇ ਬੜੇ ਹੀ ਸਤਿਕਾਰ ਜੋ ਸ਼੍ਰੀ ਮਾਨ ਸੁਖਦੇਵਾਨੰਦ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ 6ਵੀਂ ਬਰਸੀ ਮਨਾ ਰਹੇ ਹਾਂ। ਸੋ ਇਹ ਸਾਰੇ ਮਹਾਂਪੁਰਸ਼ ਜਿੱਥੇ ਤਪ ਨੂੰ ਵੰਦਗੀ ਨੂੰ ਭਜਨ ਨੂੰ ਮਹੱਤਵ ਦਿੰਦੇ ਸਨ, ਤੇ ਉਹਨਾਂ ਦੇ ਤਪ ਦੇ ਨਾਲ ਭਜਨ ਦੇ ਨਾਲ ਵੰਦਗੀ ਦੇ ਨਾਲ ਇਸ ਇਲਾਕੇ ਨੂੰ ਤਾਰਿਆ। ਕਿਉਂਕਿ ਸੱਜਣੋ ਜਿੱਥੇ ਤਪ ਅਤੇ ਤਿਆਗ ਦੋਨੇ ਚੀਜ਼ਾਂ ਦਾ ਸੁਮੇਲ ਹੋਵੇ, ਦੋਨੇ ਚੀਜ਼ਾਂ ਜਿਸ ਸਥਾਨ ਨੂੰ ਜਿਸ ਨਗਰ ਨੂੰ ਮਿਲ ਜਾਣ, ਉਹ ਸਥਾਨ ਉਹ ਨਗਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ। ਸੋ ਤੁਸੀਂ ਭਾਗਾਂ ਵਾਲੇ ਹੋ, ਕਰਮਾਂ ਵਾਲੀ ਇਹ ਧਰਤੀ ਹੈ ਜਿਨ੍ਹਾਂ ਨੇ ਮਹਾਂਪੁਰਸ਼ਾਂ ਨੇ ਆਪਣੇ ਤਪ ਦੇ ਲਈ, ਤਪੱਸਿਆ ਦੇ ਲਈ, ਬੰਦਗੀ ਦੇ ਲਈ, ਭਜਨ ਦੇ ਲਈ ਇਸ ਸਥਾਨ ਨੂੰ ਚੁਣਿਆ। ਤੋ ਤੁਸੀਂ ਪਹਿਲੀ ਪਾਤ ਜਾਣਦੇ ਹੋ ਇਸ ਸਥਾਨ ਬਾਰੇ, ਸਥਾਨ ਦੀ ਮਹਿਮਾ ਬਾਰੇ, ਕਿਉਂਕਿ ਜਿੰਨੇ ਮਹਾਂਪੁਰਸ਼ ਸਾਡੇ ਇੱਥੇ ਹੋਏ ਹੈ, ਜਿਨ੍ਹਾਂ ਨੇ ਇਸ ਸਥਾਨ ਨੂੰ ਆਪਣੇ ਭਜਨ ਦੇ ਨਾਲ, ਆਪਣੀ ਬੰਦਗੀ ਦੇ ਨਾਲ, ਆਪਣੇ ਤਪ ਦੇ ਨਾਲ ਸਿੰਚਿਆ, ਉਹ ਸਿੰਚ ਕੇ ਅਜਿਹਾ ਬੂਟਾ, ਅਜਿਹਾ ਪੌਦਾ ਉਹਨਾਂ ਨੇ ਇੱਕ ਭਜਨ ਦਾ, ਇੱਕ ਬੰਦਗੀ ਦਾ ਲਾਇਆ, ਜਿਹਦੀ ਅਸੀਂ ਸਾਰੇ ਉਹ ਸ਼ਾਂਤ ਬਹਿ ਕੇ ਆਨੰਦ ਮਾਣ ਰਹੇ ਹਾਂ। ਸੋ ਸਾਡੇ ਸਥਾਨ ਦੇ ਉੱਪਰੋਂ ਹਮੇਸ਼ਾ ਹੀ ਤਪ ਨੂੰ ਮਹੱਤਤਾ ਦਿੱਤੀ ਗਈ ਹੈ, ਭਜਨ ਨੂੰ ਮਹੱਤਤਾ ਦਿੱਤੀ ਗਈ ਹੈ, ਬੰਦਗੀ ਨੂੰ ਮਹੱਤਤਾ ਦਿੱਤੀ ਗਈ ਹੈ, ਸੇਵਾ ਤੇ ਸਿਮਰਨ ਨੂੰ ਮਹੱਤਤਾ ਦਿੱਤੀ ਗਈ ਹੈ। ਤੇ ਸੱਜਣੋ ਜਿਹੜੇ ਸਾਧੂ ਜਿਹੜੇ ਫਕੀਰ ਜੋ ਇਸ ਸਥਾਨਾਂ ਤੇ ਬੈਠ ਕੇ ਸੰਗਤ ਨੂੰ ਅਜਿਹਾ ਅੰਮ੍ਰਿਤ ਵੰਡ ਰਹੇ ਹੈ, ਉਹਨਾਂ ਨੂੰ ਸੇਵਾ, ਉਹਨਾਂ ਨੂੰ ਸਿਮਰਨ, ਉਹਨਾਂ ਨੂੰ ਭਾਵਨਾ, ਉਹਨਾਂ ਨੂੰ ਸ਼ਰਧਾ, ਉਹਨਾਂ ਨੂੰ ਗਿਆਨ, ਉਹਨਾਂ ਨੂੰ ਗਊ ਸੇਵਾ, ਉਹਨਾਂ ਨੂੰ ਗਰੀਬਾਂ ਦੀ ਸੇਵਾ ਲਈ ਪ੍ਰੇਰਿਤ ਕਰਨ ਦਾ ਜੋ ਸੰਕਲਪ, ਜੋ ਉਪਰਾਲਾ ਸਾਡੇ ਮਹਾਂਪੁਰਸ਼ੋ ਨੇ ਸ਼ੁਰੂ ਕੀਤਾ, ਉਸੇ ਤਰ੍ਹਾਂ ਉਹੀ ਉਤਮ, ਉਹੀ ਉਪਰਾਲਾ, ਉਹੀ ਪ੍ਰਸ਼ਰਮ, ਉਹਨੀ ਸ਼ਰਧਾ, ਉਹਨੀ ਤਪ, ਉਹਨੀ ਬੰਦਗੀ, ਉਹਨਾਂ ਹੀ ਭਜਨ ਦੇ ਨਾਲ ਸਾਡੇ ਪੂਰੇ ਗੱਦੀ ਰਸ਼ੀਦ ਸਾਡੇ ਛੋਟੇ ਗੁਰੂ ਭਾਈ ਮਹਾਮਨੇ ਸਵਾਮੀ ਜਗਿੰਦਰ ਆਨੰਦ ਜੀ ਉਸੇ ਤਰ੍ਹਾਂ ਬਖੂਬੀ ਉਹ ਸੇਵਾ ਨੂੰ ਨਿਭਾ ਰਹੇ। ਸੱਜਣੋ ਕਰਮਾਂ ਵਾਲੇ ਉਹ ਗੁਰੂ ਹੁੰਦੇ ਹੈ,
ਕਰਮਾਂ ਵਾਲੇ ਸ਼ਕੀਰ ਹੁੰਦੇ ਆ ਜਿਨ੍ਹਾਂ ਨੂੰ ਆਪਣੇ ਸ਼ੀਸ਼ ਵੀ ਆਪਣੇ ਰੂਪ ਵਰਗਾ ਮਿਲ ਜਾਵੇ, ਜਿਹੜਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਉਪਾਧੀ, ਉਹਨਾਂ ਦੀ ਉਪਮਾ, ਉਹਨਾਂ ਦੀ ਪ੍ਰਸ਼ੰਸਾ, ਉਹਨਾਂ ਦੀ ਮਹਿਮਾ ਉਹਨਾਂ ਨੂੰ ਵਧਾ ਦੇਵੇ। ਸਜਣੋ, ਅਜਿਹੇ ਸ਼ਿਸ਼, ਅਜਿਹੇ ਚੇਲੇ, ਅਜਿਹੇ ਆਗਿਆਕਾਰੀ ਸੰਤ ਇਸੇ ਵਿਰਲੇ ਮਹਾਂਪੁਰਸ਼ ਨੂੰ ਮਿਲਦੇ ਹੈ। ਸੋ ਤੁਹਾਡੇ ਵੱਡੇ ਪਾਕ ਇਸ ਸਥਾਨ ਦੇ ਕਿ ਇਹਨਾਂ ਸਥਾਨਾਂ ਦੇ ਉੱਪਰ ਹਮੇਸ਼ਾ ਹੀ ਸਜਣੋ ਸੁਪੁੱਤਰ ਜਨਮੇ ਹੈ, ਜਿਹਨਾਂ ਨੇ ਆਪਣੇ ਗੁਰੂ ਜਨਮ ਦੀ, ਜਿਨ੍ਹਾਂ ਨੇ ਆਪਣੇ ਫਕੀਰਾਂ ਦੀ, ਜਿਨ੍ਹਾਂ ਨੇ ਪ੍ਰਸਥਾਨ ਦੀ ਮਹਿਮਾ ਨੂੰ ਹਮੇਸ਼ਾ ਵਧਾਇਆ, ਉਹਨੂੰ ਕਦੇ ਕਟਾਉਣ ਨਹੀਂ ਦਿੱਤਾ ਤੇ ਕਦੇ ਉਂਗਲ ਚੁੱਕਣ ਦੀ ਗੱਲ ਨਹੀਂ ਕਰਨ ਦਿੱਤੀ। ਸੋ ਸਜਣੋ, ਅੱਜ ਉਹਨਾਂ ਮਹਾਂਪੁਰਸ਼ਾਂ ਦੀ ਸਲਾਨਾ ਯਾਦ ਦੇ ਵਿੱਚ ਆਪਾਂ ਸਾਰੇ ਜੁੜੇ ਹਾਂ। ਦੂਰੋਂ ਦੂਰੋਂ ਬੜੀਆਂ ਸੰਗਤਾਂ ਨੇ, ਜਦੋਂ ਮਹਾਂਪੁਰਸ਼ ਵੱਡੇ ਮਹਾਂਪੁਰਸ਼ ਮਹਾਰਾਜ ਸ੍ਰੀ ਨਿਰਵਾਣ ਯੋਗੀ ਜਨ ਮਹਾਰਾਜ ਸ੍ਰੀ ਹਰਿਪ੍ਰਕਾਸ਼ ਜੀ ਮਹਾਰਾਜ ਸੁਖਦੇਵਾਨੰਦ ਜੀ ਮਹਾਰਾਜ, ਜਿਨ੍ਹਾਂ ਨੂੰ ਜ਼ਿਆਦਾ ਕਰਕੇ ਸੰਗਰੀਆਂ ਵਾਲਿਆਂ ਦੇ ਨਾਮ ਤੇ ਜਾਣਿਆ ਜਾਂਦਾ ਸੀ, ਅੱਜ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ। ਮਹਾਰਾਜ ਬਾਬਾ ਸ਼ਾਮ ਪ੍ਰਕਾਸ਼ ਜੀ ਮਹਾਰਾਜ, ਜਿਨ੍ਹਾਂ ਦੀ 53ਵੀਂ ਬਰਸੀ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ। ਮਹਾਰਾਜ ਅਮਰ ਪ੍ਰਕਾਸ਼ ਜੀ ਮਹਾਰਾਜ, ਮਹਾਰਾਜ ਸੁਖਦੇਵਾਨੰਦ ਜੀ ਮਹਾਰਾਜ, ਇਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਆਪਾਂ ਜਿੱਥੇ ਇਕੱਤਰ ਹੋਏ ਹਾਂ। ਸਾਡੇ ਇਸ ਸਥਾਨ ਦੇ ਗੱਦੀ ਨਸੀਨ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਮਹਾਰਾਜ, ਜਿਨ੍ਹਾਂ ਦੀ ਬੜੀ ਮਿਹਨਤ ਔਰ ਜਿਨ੍ਹਾਂ ਦਾ ਬੜਾ ਸੋਹਣਾ ਉਪਰਾਲਾ ਹੈ, ਹਰ ਸਾਲ ਇੱਥੇ ਆਪਾਂ ਨੂੰ ਰਾਮਪੁਰਾ ਨਾਰਾਇਣਪੁਰਾ ਦੇ ਵਿੱਚ ਮਹਾਂਪੁਰਸ਼ਾਂ ਨੂੰ ਸਾਧ ਕੇ ਦਰਸ਼ਨ ਕਰਾਉਂਦੇ, ਬਹੁਤ ਵੱਡਾ ਸਲਾਹਾਂ ਦਾ ਕੰਮ ਹੈ ਔਰ ਹੋਣਾ ਵੀ ਚਾਹੀਦਾ ਹੈ। ਇਹ ਹੋਣਾ ਵੀ ਚਾਹੀਦਾ ਹੈ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਜੇ ਕੋਈ ਬੱਚਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ, ਆਪਣੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦਾ, ਤਾਂ ਉਹ ਹੱਕਦਾਰ ਨਹੀਂ ਆਪਣੇ ਆਪ ਨੂੰ ਉਸ ਪਰਿਵਾਰ ਦਾ ਬੱਚਾ ਖਵਾਉਣ ਦੇ। ਇਸੇ ਤਰ੍ਹਾਂ ਹੀ ਸੱਜਣੋ, ਸਾਡੇ ਸੰਤ ਸਮਾਜ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਤੋਂ, ਜਿਨ੍ਹਾਂ ਗੁਰੂ ਸਾਹਿਬਾਨਾਂ ਤੋਂ ਜੋ ਅਸੀਂ ਕੋਈ ਦੋ ਸ਼ਬਦ ਸਿੱਖੇ ਹੈ, ਜੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਨਹੀਂ ਕਰਾਂਗੇ, ਉਹਨਾਂ ਦਾ ਇੱਜ਼ਤ ਨਹੀਂ ਕਰਾਂਗੇ, ਤਾਂ ਸਾਡਾ ਵੀ ਕੋਈ ਫਾਇਦਾ ਨਹੀਂ। ਇਸ ਵਾਸਤੇ ਅਸੀਂ ਬਹੁਤ ਵਧਾਈ ਦਿੰਦੇ ਹਾਂ ਸਾਡੇ ਗੁਰੂ ਭਾਈ ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਮਹਾਰਾਜ ਜੀ ਨੂੰ, ਜੋ ਹਰ ਸਾਲ ਇੱਥੇ ਆਪਾਂ ਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਉਂਦੇ।
ਔਰ ਜਿੰਨਾ ਮਹਾਂਪੁਰਸ਼ਾਂ ਨੇ ਇਸ ਸਥਾਨ ਦੀ ਸੇਵਾ ਕੀਤੀ, ਸਾਰਾ ਜੀਵਨ ਸਮਾਜ ਨੂੰ ਅਰਪਣ ਕੀਤਾ ਹੋਇਆ ਸੀ। ਨਿਰਵਾਣ ਵਿਦਿਆ ਅਪਾਰ ਚੇਤੋ ਨਗਰੀ ਤਾਰੋ ਗ੍ਰਾਮ ਹਰਕ ਪੁਰਸ਼ ਦਾ ਸਿਮਰੋ ਨਾਮ। ਕੀ ਮਹਾਂਪੁਰਸ਼ੋ ਜੋ ਇਸ ਮੱਤ ਦੇ ਵਿੱਚ ਆਉਣਗੇ, ਜੋ ਦਾਸ ਸਿੰਘ ਸੰਪ੍ਰਦਾਇ ਦੀ ਦੀਕਸ਼ਾ ਸ਼ਿਕਸ਼ਾ ਗ੍ਰਹਿਣ ਕਰਨਗੇ, ਸਭ ਤੋਂ ਪਹਿਲਾਂ ਉਹਨਾਂ ਨੂੰ ਇਹੋ ਉਪਦੇਸ਼ ਹੈ ਕਿ ਜੇਤੋ ਨਗਰੀ। ਕਿ ਮਹਾਂਪੁਰਸ਼ੋ, ਆਪਨੇ ਨਗਰ ਨਗਰ ਦੇ ਅੰਦਰ ਜਾ ਕੇ ਚੇਤਨਤਾ ਪ੍ਰਗਟ ਕਰਨੀ ਹੈ ਤੇ ਤਾਰੋ ਗ੍ਰਾਮ ਜਿਹੜੇ ਗਾਮ ਨੇ ਪਿੰਡ ਨੇ ਇਹਨਾਂ ਨੂੰ ਤਾਰਨਾ ਕਰਨਾ। ਇਹਦੇ ਬਾਹਰਲੇ ਭਾਵ ਅਰਥ ਨੇ। ਸੋ ਉਪਦੇਸ਼ ਨੂੰ ਧਾਰਨ ਕਰਦਿਆਂ ਹੋਇਆਂ ਮਹਾਂਪੁਰਸ਼ਾਂ ਨੇ ਇਸ ਨਗਰ ਨੂੰ ਆ ਕੇ ਜਿਤਾਇਆ, ਚੇਤਨਤਾ ਪ੍ਰਗਟ ਕੀਤੀ। ਉਹਨਾਂ ਨੇ ਤਪ ਤਪੱਸਿਆ ਇੱਥੇ ਕੀਤੀ, ਜਲ ਧਾਰੇ ਧੋਨੀਆਂ ਦੀ ਤਪੱਸਿਆ ਇਸ ਸੰਸਥਾ ਦੇ ਜਿਹੜੀ ਆਸ਼ਰਮ ਹੈ, ਮੂਲ ਸਿਧਾਂਤ ਹੈ ਇੱਥੋਂ ਦਾ। ਸੋ ਉਸ ਤਪੱਸਿਆ ਨੂੰ ਦੇਖ ਕੇ ਆਮ ਜਨਮਾਨਸ ਦੇ ਅੰਦਰ ਵੀ ਇੱਕ ਜਿਗਿਆਸਾ ਪੈਦਾ ਹੁੰਦੀ ਹੈ ਕਿ ਜੇਕਰ ਮਹਾਂਪੁਰਸ਼ ਭਜਨ ਕਰਕੇ ਕੁਝ ਪ੍ਰਾਪਤ ਕਰਦੇ ਹੈ ਤੇ ਅਸੀਂ ਕਿਉਂ ਨਹੀਂ ਕਰਦੇ। ਉਸ ਤਪੱਸਿਆ ਦਾ ਨਗਰ ਨੂੰ ਫਲ ਮਿਲਦਾ ਹੈ। ਕੋਈ ਅੰਨ ਲੈ ਕੇ ਆਉਂਦਾ ਹੈ, ਕੋਈ ਜਲ ਲੈ ਕੇ ਆਉਂਦਾ ਹੈ, ਕੋਈ ਦੁੱਧ ਲੈ ਕੇ ਆਉਂਦਾ ਹੈ। ਉਸਦੇ ਬਦਲੇ ਉਸਦੇ ਵਿਕਾਰ ਜਿਹੜੇ ਨੇ ਉਹ ਸਬਰ ਦੇ। ਮਹਾਂਪੁਰਸ਼ ਜਦੋਂ ਬਣ ਜਾਂਦੇ ਹੈ, ਦੀਕਸ਼ਾ ਗ੍ਰਹਿਣ ਕਰ ਲੈਂਦੇ ਹੈ, ਨਗਰਾਂ 'ਚ ਜਾਣਾ ਉਹਨਾਂ ਦਾ ਅੰਦਰਲਾ ਮੰਤਵ ਨਹੀਂ ਹੁੰਦਾ। ਉਹਨਾਂ ਦਾ ਮੰਤਵ ਤਪੱਸਿਆ ਕਰਨ ਦੇ ਪਿੱਛੇ ਇੱਕ ਇਹ ਵੀ ਰਾਜ ਹੁੰਦਾ ਹੈ ਕਿ ਜਿਹੜੀ ਜਨਤਾ ਜਨਾਰਦਨ, ਜਿਹੜੀ ਪਰਮੇਸ਼ਰ ਜਨਾਰਦਨ ਸਰੂਪ ਹੈ, ਉਹ ਹਰ ਦੇ ਅੰਦਰ ਵਿਰਾਜਮਾਨ, ਉਸਨੂੰ ਚੇਤਨ ਕਰਨਾ। ਜਿਸ ਬਾਣੀ ਦਾ ਸ਼ਬਦ ਹੈ, ਸਗਲ ਦੁੱਧ ਮੇ ਘਿਆ। ਹੁਣ ਘਿਓ ਦੁੱਧ ਦੇ ਅੰਦਰ ਤਾਂ ਹੈਗਾ, ਪਰ ਉਸਨੂੰ ਘਿਓ ਨੂੰ ਅਲੱਗ ਕਰਨ ਦੀ ਇੱਕ ਪ੍ਰਕਿਰਿਆ ਹੈ। ਦੁੱਧ ਨੂੰ ਗਰਮ ਕਰਨਾ ਹੈ, ਫਿਰ ਜਾਗ ਲਾਉਣਾ ਹੈ, ਫਿਰ ਰਿੜਕਣਾ ਹੈ, ਫਿਰ ਤੱਤਾ ਕਰਨਾ ਮਗਣੀ ਨੂੰ, ਫਿਰ ਜਾ ਕੇ ਉਹ ਆਪਣੇ ਅਸਲੀ ਜਿਹੜਾ ਦਾ ਰੂਪ ਹੈ ਉਹ ਬਾਹਰ ਆਉਂਦਾ ਹੈ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਆਪ ਜੀ ਨੂੰ ਉਸ ਪਰਿਪੂਰਨ ਪ੍ਰਮਾਤਮਾ ਦੀ ਬਿਲ ਦੀ ਜੁਗਤੀ ਦੱਸਦੇ ਹੈ। ਗੁਰੂ ਗ੍ਰੰਥ ਸਾਹਿਬ ਦੀ ਨਿੱਗੀ ਤੇ ਪਵਿੱਤਰ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਮਹਾਂਪੁਰਸ਼ ਸਾਰੇ ਜੈ ਨਹੀਂ ਬੁਲਾਉਂਦੇ ਆ, ਅੱਧੇ ਤਾਂ ਸਵਸਥ ਹੀ ਹੈ।
ਕਿਉਂ ਮਹਾਂਪੁਰਸ਼ਾਂ ਨੇ ਸਵੇਰੇ ਯੋਗਿੰਦਰਾਨੰਦ ਜੀ ਨੇ ਸਾਰੇ ਨੇ ਚਾਹ ਪਾਣੀ ਤਾਂ ਛਕਿਆ ਹੀ ਹੋਊਗਾ, ਪਰ ਮੈਨੂੰ ਇਹ ਲੱਗਦਾ ਕਿ ਸਾਰੇ ਹੀ ਸੁਸਤ ਹੋ ਗਏ, ਕਿਉਂ 12 ਵੱਜ ਗਏ, ਭੁੱਖ ਦਾ ਵੀ ਟਾਈਮ ਹੈ। ਜੇ ਆਪਾਂ ਕਿਸੇ ਦੀ ਜੈ ਬੁਲਾਈਏ ਤਾਂ ਸਾਡੀ ਵੀ ਜੈ ਹੋਊਗੀ। ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ। ਹੁਣ ਆਵਾਜ਼ ਆ ਰਹੀ ਹੈ, ਕੁਛ ਲੱਗਦਾ ਪਹਿਲੇ ਮੈਂ ਦੋ ਮਹਾਂਪੁਰਸ਼ਾਂ ਵੱਲੋਂ ਅਖਾੜੇ ਵੱਲੋਂ ਮੈਂ ਹਾਜ਼ਰੀ ਲਗਵਾਉਣੇ। ਮਹੰਤ ਭਗਤ ਰਾਮ ਜੀ ਨੇ ਜ਼ਰੂਰ ਆਉਣਾ ਸੀ ਮੁਖੀਆ ਮਹੰਤ, ਪਰ ਉਹ ਕੁਛ ਕਾਰਨ ਹੋ ਗਏ ਇਸ ਕਰਕੇ ਨਹੀਂ ਆ ਸਕੇ। ਉਸ ਵੱਲੋਂ ਦਾਸ ਹਾਜ਼ਰੀ ਲਗਵਾ ਰਿਹਾ ਅਤੇ ਇੱਕ ਮੁਖੀਆ ਮਹੰਤ ਆਕਾਸ਼ ਵੱਲੋਂ। ਉਹਨਾਂ ਨੇ ਕਈ ਗਊਸ਼ਾਲਾ ਅਸਾਮੀ ਹੋਈਆਂ, ਤਾਂ ਤੂੜੀ ਦਾ ਕੰਮ ਚੱਲ ਰਿਹਾ, ਇੱਧਰ ਇੰਦਰ ਦੇਵਤਾ ਵਿਚਾਰਾ ਅੱਖਾਂ ਮੀਚ ਲੈਂਦਾ ਹੈ, ਤਾਂ ਸਾਰੇ ਡਰਦੇ ਹੈ ਕਿ ਮੀਂਹ ਨਾ ਪੈ ਜਾਏ, ਤਾਂ ਸੱਚ ਵੀ ਹੈ, ਕਿਉਂ ਇਸ ਟਾਈਮ ਵਿੱਚ ਪਰਮੇਸ਼ਰ ਜ਼ਰੂਰ ਕਰਦਾ ਹੈ ਕੁਛ ਨਾ ਕੁਛ ਕਰਦਾ। ਕਿਉਂ ਹੈ ਕਿ ਮਹਾਰਾਜ ਜੀ ਨੇ ਗੁਰਬਾਣੀ 'ਚ ਇੱਕ ਗੱਲ ਕਹੀ ਹੈ ਕਿ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ, ਇਉਂ ਮਥਨ ਵਧਾਣੀਆਂ ਇਉਂ ਮੱਥੇ ਧਰਮ ਰਾਜ। ਪਹਿਲੇ ਜਦੋਂ ਫਸਲ ਉੱਡਦੀ ਸੀ ਤਾਂ ਬੰਦੇ ਯੱਗ ਹਵਨ ਦਾਨ ਪੁੰਨ ਕਰਦੇ ਸੀ ਤਾਂ ਦਾਣੇ ਘੱਟ ਹੁੰਦੇ ਸੀ, ਹੁਣ ਦਾਣੇ ਜ਼ਿਆਦਾ ਹੋ ਰਹੇ ਤਾਂ ਫਿਰ ਵੀ ਕਹੂਗਾ ਕਿ ਬਾਬਾ ਜੀ ਇਹਦੀ ਗੱਟ ਜਾੜ ਨਿਕਲਿਆ। ਯੱਗ ਦਾ ਨਾਂ ਨਹੀਂ ਲੈਂਦਾ ਮਹਾਰਾਜ ਜੀ, ਕਿਸੇ ਜਗ੍ਹਾ 'ਤੇ ਨਹੀਂ ਕਹਿੰਦੇ ਹੈ ਕਿ ਇੰਨਾ ਜੱਗ ਕਰ ਭਾਵੇਂ ਪਾਈਆ ਚੌਲ ਬਣਾ ਕੇ ਹੀ ਬਣਦੇ ਗਰੀਬ, ਪਰ ਵੰਡ ਮੰਨ ਆਪ। ਜੇ ਧਰਮ ਦਾ ਕੰਮ ਕਰਦੇ ਮਹਾਂਪੁਰਸ਼ਾਂ ਨੇ ਸਾਰਿਆਂ ਨੇ, ਸਾਡੇ ਵੱਡੇ ਅਖਾੜੇ ਦੇ ਮਹਾਂਪੁਰਸ਼, ਨਵੇਂ ਅਖਾੜੇ ਦੇ ਮਹਾਂਪੁਰਸ਼, ਤਾਂ ਖੜ ਦਰਸ਼ਨ ਵੇਖ ਭਗਵਾਨ ਮੰਚ ਤੇ ਸੁਭਾਇਮਾਨ ਹੈ। ਪਰ ਦੋਨੋਂ ਅਖਾੜਿਆਂ ਦਾ ਮੈਂ ਬਹੁਤ ਸਨਮਾਨ, ਸਾਡੇ ਦੋ ਬਜ਼ੁਰਗ ਬੈਠੇ ਹੋਏ ਹੈ, ਅਖਾੜਾ ਬ੍ਰਹਮ ਬੂਟਾ ਤਾਂ ਮਹਾਰਾਜ ਜੀ ਸੇਵਾਦਾਰ ਜੀ, ਇਹ ਸਾਡੇ ਬਜ਼ੁਰਗ ਹੈ, ਇਹ ਸਾਰੇ ਮਹਾਂਪੁਰਸ਼ਾਂ 'ਚ ਵੱਡੀ ਉਮਰ ਦੇ ਹੈ, ਇਹਨਾਂ ਦੇ ਤਜਰਬੇ ਵੀ ਬਹੁਤ ਜ਼ਿਆਦਾ ਹੈ, ਅਜੇ ਤਾਂ ਇਹਨਾਂ ਕੋਲ ਮੈਂ ਸਿੱਖ ਰਹਿ ਗਏ। ਦੇਖੋ ਸਿੱਖਦੇ ਸਿੱਖਦੇ ਸਾਰੀ ਉਮਰ, ਪਰ ਤੁਹਾਡੇ ਬੱਚੇ ਮਿੰਟਾਂ 'ਚ ਹੀ ਸਿੱਖ ਜਾਂਦੇ, ਉਹ ਕੀ ਸਿੱਖਦੇ ਹੈ। ਪਹਿਲੇ ਜੇ ਜਨਾਨੀ ਜਾਂ ਬੱਚੇ ਨੂੰ ਗਾਲਾਂ ਕੱਢਦੇ ਸੀ, ਆਪਣਾ ਪੜ੍ਹਦੇ ਨਾਲ ਕੱਢਦੇ ਸੀ, ਤਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਮੇਰੇ ਮਾਂ ਬਾਪ ਲੜਦੇ ਹੈ ਕਿ ਨਹੀਂ ਲੜਦੇ। ਅੱਜ ਉਹ ਸ਼ਾਮ ਨੂੰ ਕੋਕੋ ਕੋਲਾ ਪੀ ਕੇ ਤਾਂ ਗਾਲਾਂ ਐਸੀਆਂ ਕੱਢਦਾ ਕਿ ਮੁੰਡਾ ਪਹਿਲਾਂ ਹੀ ਸਿੱਖ ਲੈਂਦਾ, ਉਹਨੂੰ ਸਿਖਾਉਣ ਦੀ ਲੋੜ ਨਹੀਂ। ਤਾਂ ਬੱਚਿਆਂ ਨੂੰ ਕੀ ਸਿਖਾਈਏ, ਕਿਉਂ ਬੱਚੇ ਕੰਪਿਊਟਰ ਦੇਖ ਰਹੇ ਹੈ, ਮੋਬਾਈਲ ਦੇਖ ਰਹੇ ਹੈ, ਤਾਂ ਇਹਨਾਂ ਨੂੰ ਮਹਾਰਾਜ ਜੀ ਕਹਿੰਦੇ ਇੱਕ ਘੜੀ ਆਧੀ ਘੜੀ ਆਦੀ ਉਪਨਿਆਦ ਸੰਤਨ ਕੀ ਜੇ ਗੋਸ਼ਟੀ ਜੋ ਕੀ ਨਾ ਸੋਲਾ। ਜਿਹੜੇ ਮੰਡਲੇਸ਼ਰ ਮਹਾਰਾਜ ਜੀ ਸਾਡੇ ਦੋ ਮੰਡਲੇਸ਼ਰ ਕਿਨ ਜਿੰਨੇ ਮਹਾਂਮੰਡਲੇਸ਼ਰ ਆਏ ਯੋਗਿੰਦਰ ਆਨੰਦ ਜੀ ਤੋਂ ਵਿਚਾਰੇ ਅਜੇ ਆਪਣੇ ਸੰਗਤ ਨੂੰ ਸਮਾਰ ਰਹੇ ਹੈ, ਪਰ ਉਹ ਇਹੀ ਉਪਦੇਸ਼ ਦਿੰਦੇ ਕਿ ਇੱਕ ਘੜੀ ਆਦੀ ਉਪਨਿਆਦ ਸੰਤਨ ਕੀ ਜੇ ਗੋਸ਼ਟੀ ਜੋ ਕੀ ਨਾ ਸੋਲਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਹੈ ਆਪਾਂ ਨੂੰ ਕਿਸੇ ਜਗ੍ਹਾ 'ਤੇ ਨਹੀਂ ਕਿਹਾ 10 ਘੰਟੇ ਭਜਨ ਕਰੋ, ਕਿਹਾ 20 ਘੰਟੇ ਕਰੋ, 5 ਮਿੰਟ ਕਰ ਲਏ, 10 ਮਿੰਟ ਕਰ ਲਏ, ਪਰ ਕਰੋ ਸਵੇਰੇ ਅੰਮ੍ਰਿਤ ਵੇਲਾ ਸੱਚ ਨਾਉ ਬੜਿਆ ਹੀ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ। ਪਰ ਆਪਾਂ ਨੂੰ ਉੱਠਣਾ ਦੀ ਹੈ, ਆਪਾਂ ਨੂੰ ਸੂਰਜਵੰਸ਼ੀ ਹੋ ਗਏ, ਆਪਾਂ 8 ਵਜੇ ਤੋਂ ਪਹਿਲੇ ਨਹੀਂ ਉੱਠਦੇ। ਕਿਉਂ ਨਹੀਂ ਉੱਠਦੇ? 11-12 ਵਜੇ ਤੱਕ ਤਾਂ ਨੈੱਟ ਦੇਖੀ ਜਾ ਰਹੇ, ਫਿਰ ਉਹਦੀ ਨੀਂਦ ਕਿਵੇਂ ਪੂਰੀ ਹੋਊਗੀ? ਕਿਉਂ ਰਾਤਾਂ ਛੋਟੀਆਂ ਹੋ ਗਈ, ਦਿਨ ਵੱਡੇ ਹੋ ਗਏ। ਇਹ ਵਿਸਾਖ ਦਾ ਮਹੀਨਾ,
ਭਗਵਾਨ ਜੀ ਵਿਸ਼ਨੂੰ ਮਹਾਰਾਜ ਜੀ ਨੇ ਇਹ ਦੋਵੇਂ ਮਹੀਨੇ ਨੂੰ ਬਹੁਤ ਜ਼ਿਆਦਾ ਮਹੱਤਵ ਦਿਆ। ਇੱਕ ਕੱਤਕ ਦਾ ਮਹੀਨਾ, ਇੱਕ ਵਿਸਾਖ ਦਾ ਮਹੀਨਾ। ਜੇ ਵਿਸਾਖ ਦੇ ਮਹੀਨੇ ਆਧ ਘੰਟਾ ਬੈਠ ਕੇ ਜਾਂ 20 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਲਊਗਾ, ਜਿਹੜਾ ਚੰਦਰਮਨੀਤ ਮੰਡਲੀ ਸਰ ਜੀ ਨੇ ਕਿਹਾ ਸੀ, ਉਹਦਾ ਭਲਾ ਜ਼ਰੂਰ ਹੋਊਗਾ ਵਿਸਾਖ ਦੇ। ਪਰ ਉੱਠੋ ਚੰਦਰਮਾ ਦੀ ਰੋਸ਼ਨੀ, 4 ਵਜੇ ਉੱਠ ਖੜੋ। ਪਰ ਐਸਾ ਕੰਮ ਨਾ ਕਰੋ ਕਿ 7 ਵਜੇ ਉੱਠੀਏ ਜਾਂ 8 ਵਜੇ ਫਿਰ ਵਾਹਿਗੁਰੂ ਵਾਹਿਗੁਰੂ ਨਾਮ ਨਹੀਂ ਚੱਲਦਾ, ਫਿਰ ਤੁਹਾਨੂੰ ਤਾਂ ਗਾਲ ਹੀ ਨਿਕਲਦੀ ਹੈ। ਅੰਮ੍ਰਿਤ ਵੇਲੇ ਜਾਗਣਾ, ਜੋ ਕੋਈ ਜਾਗੇ ਨਿਤ, ਇੱਕ ਵਧਾਉਂਦੇ ਆਰਜੂ, ਇੱਕ ਸਾਹਿਬ ਆਵੇ ਜਿੱਤ। ਇਹ ਮਹਾਰਾਜ ਜੀ ਦੀ 53ਵੀਂ ਬਰਸੀ ਜਿਹੜੀ ਹੈ ਮਹਾਰਾਜ ਜੀ ਸਿਆਮ ਪ੍ਰਕਾਸ਼ ਜੀ ਦੀ, ਤਾਂ ਸਾਡੇ ਜਿਹੜੇ ਅੰਮ੍ਰਿਤ ਪ੍ਰਕਾਸ਼ ਹੈ ਉਹਨਾਂ ਦੀ 26ਵੀਂ ਬਰਸੀ, ਤਾਂ ਮਹਾਰਾਜ ਜੀ ਸੁਖਦੇਵਾਨੰਦ ਜੀ ਮਹਾਰਾਜ ਜੀ ਦੀ 6ਵੀਂ ਬਰਸੀ ਹੈ। ਇਹਨਾਂ ਦੀ ਕਿਉਂ ਮਨਾਏ ਰਹੇ? ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਗਵਾਹੀ ਕਰਦੇ ਹੈ ਕਿ ਨਾਮ ਰਿਹੋ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਨਾਂ ਨੇ ਭਜਨ ਕਰਿਆ ਹੈ, ਚਾਹੇ ਉਹ ਗ੍ਰਸਤੀ ਹੈ, ਚਾਹੇ ਮਹਾਤਮਾ ਹੈ, ਚਾਹੇ ਜੋ ਵੀ ਹੈ, ਉਹਦਾ ਨਾਮ ਜ਼ਰੂਰ ਰਿਹਾ ਹੈ। ਭਜਨੀ ਪੁਰਸ ਦਾ ਨਾਮ ਰਹਿੰਦਾ ਹੈ, ਚੋਰ ਬਦਮਾਸਾਂ ਠੱਗਾਂ ਦਾ ਕੋਈ ਨਾਮ ਨਹੀਂ ਲੈਂਦਾ। ਕਿ ਲੈਂਦਾ? ਪਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਕਿਉਂ 12 ਵਜ ਗਏ, ਮੈਂ ਸਮਾਪਤੀ ਕਰਾਂਗੇ। ਪਹਿਲੇ ਮੈਂ ਸਾਰੇ ਮਹਾਂਪੁਰਸ਼ਾਂ ਦਾ, ਦੋਨੋਂ ਅਖਾੜਿਆਂ ਦਾ ਅਤੇ ਖੱਟ ਦਰਸ਼ਨ ਵੇਖ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਡਲੇਸ਼ਰ ਯੋਗੇਸ਼ਰ ਆਨੰਦ ਵੱਲੋਂ, ਕਿ ਜਿਹਨਾਂ ਨੇ ਸਾਡੇ ਆਸ਼ਰਮ ਵਿੱਚ ਚਰਨ ਪਾ ਕੇ ਸਾਡੇ ਆਸ਼ੀਰਵਾਦ ਦਿਆ, ਸਾਨੂੰ ਕਿਰਪਾ ਕਰੀ, ਸਾਧੂਆਂ ਦੇ ਦਰਸ਼ਨ ਹੋਏ। ਤਾਂ ਫਿਰ ਸੰਗਤ ਦਾ ਧੰਨਵਾਦ ਹੈ ਕਿ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਵੱਧ ਚੜ੍ਹ ਕੇ ਸੇਵਾ ਕਰੀ। 3 ਦਿਨ ਖੰਡ ਪਾਠ ਦੇ ਜਾਪ ਹੋਏ, ਜਾਂ ਜ਼ਿਆਦਾ ਹੋਏ ਹੋਣੇ ਖੰਡ ਪਾਠ, ਤਾਂ ਸੰਗਤ ਦਾ ਵੀ ਧੰਨਵਾਦ ਹੈ। ਮਾਈਆਂ ਦਾ ਵੀ ਧੰਨਵਾਦ, ਜਿਹਨਾਂ ਨੇ ਫੁਲਕਾ ਬਣਾ ਕੇ ਛਕਾਇਆ, ਸਬਜ਼ੀਆਂ ਬਣਾ ਕੇ ਛਕਾਈ। ਤਾਂ ਜੋ ਕੋਈ ਰਹਿ ਗਿਆ ਹੋਵੇ ਉਹ ਸਾਰਿਆਂ ਦਾ ਹੀ ਧੰਨਵਾਦ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੇ ਲਾਸਟ ਤਾਂ ਇੰਨਾ ਕਹਿ ਕੇ ਫਿਰ ਮੈਂ ਜੈਕਾਰਾ ਛੱਡਾਂਗੇ, ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ, ਬੱਚੀਆਂ ਨੂੰ ਜੇ ਲਾਇਕ ਬਣਾਉਣਾ ਹੈ, ਤਾਂ ਇੱਕ ਦੂਸਰੇ ਦੇ ਸਾਹਮਣੇ ਕਦੀ ਗਾਲ ਨਾ ਕਰੋ, ਲੜੋ ਨਾ, ਪਿਆਰ ਦਿਖਾਓ, ਭਜਨ ਕਰੋ। ਤਾਂ ਮਹਾਰਾਜ ਜੀ ਕਹਿੰਦੇ ਪ੍ਰੇਮ ਕੀਓ ਤਿਨਾ ਹੀ ਪ੍ਰਪਾਇਓ। ਤਾਂ ਇੰਨਾ ਕਹਿੰਦੇ ਹੋਏ ਮੈਂ ਖਿਮਾ ਦੇ ਇਜਾਜ਼ਤ ਹੈ, ਤਾਂ ਯੋਗਿੰਦਰਾਨੰਦ ਮਹਾਰਾਜ ਜੀ ਸਾਡੇ ਮਹਾਂਮੰਡਲੇਸ਼ਰ ਉਹਨਾਂ ਦੇ ਵੱਲੋਂ, ਤਾਂ ਪੰਚ ਪਰਮੇਸ਼ਰ ਵੱਲੋਂ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ, ਗੁਰੂ ਨਾਨਕ ਦੇਵ ਮਹਾਰਾਜ ਕੀ ਜੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ। ਲਵਾਈ ਦਿੱਤੀ ਆ ਜਿੰਨੇ ਮਹਾਂਪੁਰਸ਼ ਇੱਥੇ ਪਹੁੰਚੇ ਨੇ, ਤੇ ਮਹਾਂਪੁਰਸ਼ਾਂ ਦੀ ਵਾਰਤਾ ਮੈਂ ਸੁਣੀ ਜਾਂਦਾ ਸੀ ਬੈਠਾ। ਮਹਾਂਪੁਰਸ਼ਾਂ ਨੇ ਆਪਾਂ ਨੂੰ ਨਾਮ ਦੇ ਬਾਰੇ, ਬਾਣੀ ਦੇ ਬਾਰੇ ਉਪਦੇਸ਼ ਕਰਿਆ ਆ। ਜਿਹੜੇ ਮਹਾਂਪੁਰਸ਼ ਚਲੇ ਗਏ ਨੇ, ਜਿਹਨਾਂ ਦੀਆਂ ਆਪਾਂ ਯਾਦਾਂ ਮਨਾ ਰਹੇ ਹਾਂ, ਧੰਨ ਧੰਨ ਬਾਬਾ ਸ਼ਾਮ ਪ੍ਰਕਾਸ਼ ਜੀ, ਹਰੀ ਪ੍ਰਕਾਸ਼ ਜੀ, ਅਮਰ ਪ੍ਰਕਾਸ਼ ਜੀ, ਸ਼੍ਰੀਮਾਨ ਮਹੰਤ ਸੁਖਦੇਵਾਨੰਦ ਜੀ ਮਹਾਰਾਜ। ਮਹਾਂਪੁਰਸ਼ਾਂ ਦਾ ਦਿਨ ਮਨਾਉਣੇ ਨਾਲ ਮਹਾਂਪੁਰਸ਼ ਵੱਡੇ ਛੋਟੇ ਨਹੀਂ ਹੋ ਜਾਂਦੇ, ਉਹਨਾਂ ਦੀ ਕੀਰਤੀ ਵੱਡੀ ਆ। ਉਹ ਵੱਡੇ ਨੇ, ਉਹਨਾਂ ਨੇ ਸਦਾ ਵੱਡੇ ਹੀ ਰਹਿਣਾ ਆ। ਕਿਉਂ? ਕਿਉਂਕਿ ਜਿਹਨਾਂ ਨੇ ਨਾਮ ਜਪਿਆ ਆ, ਬੰਦਗੀਆਂ ਕਰੀਆਂ ਆ, ਉਹਨਾਂ ਦੀ ਕੀਰਤੀ ਤੱਕ ਆਮ ਬੰਦਾ ਪਹੁੰਚ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਕੀਰਤੀ ਸਦਾ ਉੱਚੀ ਆ। ਜਿਹਨਾਂ ਰੂਹਾਂ ਨੇ ਨਾਮ ਜਪਿਆ, ਆਪਣੇ ਆਪ ਨੂੰ ਜਿਹਨਾਂ ਨੇ ਤਪਾਇਆ ਆ, ਆਪਣੇ ਮਨ ਨੂੰ ਜਿਹਨਾਂ ਨੇ ਮਾਰ ਕਰਕੇ ਇਹ ਸੰਸਾਰ ਸਾਗਰ ਦੇ ਉੱਤੇ ਜਿਹੜੇ ਤੁਰੇ ਨੇ,
ਉਹਨਾਂ ਦੀ ਕੀਮਤੀ ਹਰ ਇੱਕ ਬੰਦੇ ਤੋਂ ਪਹੁੰਚਦੀ ਨਹੀਂ, ਨਾ ਗੱਲਾਂ ਨਾਲ ਹੁੰਦੀ ਆ, ਨਾ ਗੱਲਾਂ ਨਾਲ ਯੋਗ ਹੁੰਦੇ ਆ, ਨਾ ਕਮਾਏ ਜਾਂਦੇ ਆ ਗੱਲਾਂ ਨਾਲ, ਗੱਲੀ ਯੋਗ ਨਾ ਹੋਈ, ਯੋਗ ਕਮਾਣੇ ਦਾ ਹੀ ਸਾਧ ਸੰਗਤ ਜੀ ਸਰੀਰ ਨੂੰ ਤਪਾਉਣਾ ਪੈਂਦਾ ਆ। ਇਹ ਸਾਧੂ ਜਨ ਜਿਹੜੇ ਤੁਸੀਂ ਬੈਠੇ ਦੇਖ ਰਹੇ ਹੋ, ਇਹ ਆਪਦੇ ਸਰੀਰ ਨੂੰ ਮਨ ਕਰਕੇ, ਤਨ ਕਰਕੇ, ਧਨ ਕਰਕੇ, ਵੈਸੇ ਤਿੰਨ ਤਰ੍ਹਾਂ ਦੇ ਨਾਲ ਬੰਦੇ ਨੂੰ ਪਾਪ ਵੀ ਲੱਗਦਾ ਆ ਤੇ ਪੁੰਨ ਵੀ ਲੱਗ ਜਾਂਦਾ ਆ, ਮਨ ਕਰਕੇ, ਧਨ ਕਰਕੇ ਔਰ ਧਨ ਕਰਕੇ। ਜ਼ਿਆਦੀਆਂ ਗੱਲਾਂ 'ਚ ਮੈਂ ਗਹਿਰਾਈ 'ਚ ਨਹੀਂ ਜਾਊਂਗਾ ਕਿਉਂਕਿ ਮੇਰੇ ਤੋਂ ਪਹਿਲਾਂ ਮਹਾਂਪੁਰਸ਼ਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪਾਂ ਨੂੰ ਸਮਝਾਉਣਾ ਕਰਿਆ ਆ ਵੀ ਆਪਾਂ ਨੂੰ ਨਾਮ ਜਪਣਾ ਚਾਹੀਦਾ, ਨਸ਼ਿਆਂ ਤੋਂ ਬਚਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ, ਚੰਗੇ ਪਾਸੇ ਚੱਲਣਾ ਚਾਹੀਦਾ ਆ, ਆਪਣੇ ਬੱਚਿਆਂ ਨੂੰ ਚੰਗੇ ਪਾਸੇ ਪ੍ਰੇਰਨਾ ਚਾਹੀਦਾ ਆ। ਸੰਗਤ ਜੀ, ਸਮੇਂ ਵਾਰ ਵਾਰ ਮਿਲਦਾ ਨਹੀਂ, ਪਤਾ ਨਹੀਂ ਕੱਲ੍ਹ ਨੂੰ ਸਮੇਂ ਕਿੱਦਾਂ ਦਾ ਆਉਣਾ ਕਿੱਦਾਂ ਦਾ ਨਹੀਂ। ਸੋ ਜੋ ਮਹਾਂਪੁਰਸ਼ ਆਪਾਂ ਨੂੰ ਉਪਦੇਸ਼ ਕਰਦੇ ਆ ਉਹਨਾਂ ਉਪਦੇਸ਼ਾਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਆ। ਸੋ ਇੱਥੇ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਣਾ ਚਾਹਾਂਗਾ। ਜਿੰਨੇ ਮਹਾਂਪੁਰਸ਼ ਇੱਥੇ ਪਹੁੰਚੇ ਰਿਹਾ ਔਰ ਜਿੰਨੀ ਸੰਗਤ ਇੱਥੇ ਪਹੁੰਚੀ ਆ, ਮੈਂ ਸਾਰਿਆਂ ਦਾ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਆ ਕਿਉਂਕਿ ਸਾਡੇ ਗੁਰੂਆਂ ਨੇ ਇੱਥੇ ਬੰਦਗੀ ਕਰੀ ਆ, ਮੈਨੂੰ ਇੱਥੇ ਸੇਵਾਦਾਰ ਉਹਨਾਂ ਨੇ ਲਾਇਆ, ਮੈਂ ਉਹਨਾਂ ਦੇ ਦਰ ਦਾ ਚੌਕੀਦਾਰ ਆ ਕਿਉਂਕਿ ਉਹਨਾਂ ਦੀ ਕੀਮਤੀ ਬਹੁਤ ਵੱਡੀ, ਉਹਨਾਂ ਨੂੰ ਬਹੁਤ ਬੰਦਗੀ ਕਰੀ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ। ਸੋ ਮੈਂ ਇੱਥੇ ਜਿੰਨੇ ਮਹਾਂਪੁਰਸ਼ ਪਹੁੰਚੇ ਹੋਏ ਆ ਵਾਰੰਵਾਰ ਉਹਨਾਂ ਨੂੰ ਵੰਦਨ ਕਰਦਾ, ਡੰਡੌਤ ਕਰਦਾ ਹੋਇਆ ਔਰ ਜਿੰਨੀ ਸੰਗਤ ਇੱਥੇ ਪਹੁੰਚੀ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਆਪਣੀ ਬਾਣੀ ਨੂੰ ਵਿਰਾਮ ਦੇਣਾ ਚਾਹੂੰਗਾ। ਸਰਵੇ ਮੰਤੂ ਸੁਖਨਾ, ਸਰਵੇ ਸੰਤੂ ਨਿਰਾਮਯਾ, ਸਰਵੇ ਭਦਰਾਣੀ ਪਸ਼ਵੰਤੁ ਮਾ ਕਾਸ਼ਿ ਦੁਰਭਾ ਭਵੇਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਿਆ ਜੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ, ਸਿੱਖ ਸਮਾਜਾਂ ਵਾਲੀ ਸਰਕਾਰ ਕੀ, ਧੰਨ ਧੰਨ ਬਾਬਾ ਸ਼ਾਮ ਪ੍ਰਕਾਸ਼ ਜੀ ਮਹਾਰਾਜ ਕੀ, ਧੰਨ ਧੰਨ ਬਾਬਾ ਹਰੀ ਪ੍ਰਕਾਸ਼ ਜੀ ਮਹਾਰਾਜ ਕੀ, ਧੰਨ ਧੰਨ ਬਾਬਾ ਅਮਰ ਪ੍ਰਕਾਸ਼ ਜੀ ਮਹਾਰਾਜ ਕੀ, ਧੰਨ ਧੰਨ ਮਹਾਂ ਸੁਖਦੇਵ ਆਨੰਦ ਜੀ ਮਹਾਰਾਜ ਕੀ, ਆਪਣੇ ਆਪਣੇ ਸ਼੍ਰੀ ਗੁਰੂ ਮਹਾਰਾਜ ਕੀ, ਜੈ ਹੋ, ਹਰੀ ਓਮ ਤਸਤ, ਹਰੀ ਓਮ ਤਸਤ, ਹਰੀ ਓਮ ਤਸਤ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਮਹਾਮੰਡਲੇਸ਼ਵਰ ਸਵਾਮੀ ਜਗਿੰਦਰ ਆਨੰਦ ਜੀ, ਮਹੰਤ ਅਮਰਦਾਸ ਜੀ ਚੱਕ ਦੇਸਰਾਜ, ਮਹੰਤ ਸੋਨਦਾਸ ਜੀ ਗਊਸ਼ਾਲਾ ਦਾਇਕਲਾ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਐਂ ਵੀ ਆਖਿਆ ਗਿਆ। ਅਖੀਰ ਸਾਡੇ ਰਿਪੋਰਟਰ ਗੌਰਵਗੜ੍ਹ ਖੇਪਰ ਨਾਲ ਗੱਲਬਾਤ ਕਰਦਿਆਂ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹਾਮੰਡਲੇਸ਼ਵਰ ਸਵਾਮੀ ਜਗਿੰਦਰ ਆਨੰਦ ਜੀ, ਮਹੰਤ ਅਮਰਦਾਸ ਜੀ ਚੱਕ ਦੇਸਰਾਜ, ਮਹੰਤ ਸੋਨਦਾਸ ਜੀ ਗਊਸ਼ਾਲਾ ਦਾਇਕਲਾ, ਮਹੰਤ ਗੁਰਚਰਨ ਦਾਸ ਜੀ ਲੱਲੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਉਦਾਸੀਨ ਆਸ਼ਰਮ ਸ਼੍ਰੀ ਨਿਰਵਾਣ ਆਸ਼ਰਮ ਰਾਮਪੁਰਾ ਨਰਾਇਣਪੁਰਾ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਦਿਨ ਰਾਤ
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ, ਗਾਲੀ ਹੋਚੀਆਂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਸਾਧੂ ਸੰਗ ਨਸੈ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ। ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ, ਸੁਖ ਨ ਪਾਇਨ ਮੂਲ ਨਾਮ ਵਿਛੁੰਨਿਆ, ਨਾਮ ਵਿਛੁੰਨਿਆ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੁਣ ਗਾਵਾਂ।
ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਮਾਇਆ ਤੰਦਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਵਿਸਰ ਨਾਹੀਂ ਦਾਤਾ ਆਪਣਾ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਨਾ ਸਰ ਪਰ ਹਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਸਰ ਪਰ ਹਾਰਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜੋਨੀ ਪਰਮ ਤੇ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਣੀ ਜਪ ਲਿਆ ਤਿੰਨੀ ਜਣੀ ਜਪ ਲਿਆ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਵਿਸ
ਸਿਆਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਬਹੁਤ ਅਨੰਤ ਕੇ ਜਿਸ ਬੁਝਾਏ ਨੇੜਾ ਤਿਸ ਹੈ ਨੇੜਾ ਤਿਸ ਹੈ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਵਿਸਰ ਨਾਹੀ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਓਏ ਹੋ ਨਾਨਕ ਜਾਓਏ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲਾਂ ਜੀ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਅੱਜ ਅਸੀਂ ਸਾਰੇ ਗੁਰੂ ਭਾਈ ਮੇਰੇ ਮਹੰਤ ਅਮਰਦਾਸ ਜੀ ਚੱਕ ਦੇਸ਼ਰਾਜ ਮਨਸੋਹਨ ਦਾਸ ਜੀ ਦਇਆ ਕਲਾਂ ਅਤੇ ਮਹੰਤ ਗੁਰਚਰਨ ਦਾਸ ਜੀ ਮਹਾਰਾਜ ਰੌਲੀ ਵਾਲੀ ਸਰਕਾਰ ਅਤੇ ਅਸੀਂ ਸਾਰੇ ਜਣੇ ਅੱਜ ਵੈਸੇ ਤਾਂ ਮਹਾਂਪੁਰਸ਼ ਬਹੁਤ ਆਏ ਹੋਏ ਸਨ ਅਤੇ ਉਹ ਚਲੇ ਗਏ ਅਤੇ ਭੰਡਾਰਾ ਜਿੱਥੇ ਧੰਨ ਧੰਨ ਬਾਬਾ ਸ਼ਾਮ ਪ੍ਰਕਾਸ਼ ਜੀ ਮਹਾਰਾਜ ਧੰਨ ਧੰਨ ਬਾਬਾ ਹਰੀ ਪ੍ਰਕਾਸ਼ ਜੀ ਮਹਾਰਾਜ ਅਮਰ ਪ੍ਰਕਾਸ਼ ਜੀ ਮਹਾਰਾਜ ਸ਼੍ਰੀਮਾਨ ਮਹੰਤ ਸੁਖਦੇਵਾਨੰਦ ਜੀ ਮਹਾਰਾਜ ਉਹਨਾਂ ਦਾ ਵਰਸੀ ਦਾ ਪ੍ਰੋਗਰਾਮ ਅਸੀਂ ਇਸ ਨਿਰਵਾਣ ਆਸ਼ਰਮ ਰਾਮਪੁਰਾ ਨਰਾਇਣਪੁਰਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਇੱਥੇ ਅਸੀਂ ਕਰਿਆ ਅਤੇ ਬਹੁਤ ਦੂਰੋਂ ਦੂਰੋਂ ਡੇਰਾ ਬਾਬਾ ਸ਼੍ਰੀ ਚੰਦ ਇੱਥੇ ਬਹੁਤ ਦੂਰੋਂ ਦੂਰੋਂ ਸਾਧੂ ਮਹਾਂਪੁਰਸ਼ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਬਹੁਤ ਦੂਰੋਂ ਦੂਰੋਂ ਮਹਾਂਪੁਰਸ਼ ਆਏ ਸਾਰਿਆਂ ਨੇ ਆਪਦੀ ਹਾਜ਼ਰੀ ਲਵਾਈ ਅਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਜਿਵੇਂ ਅਮਰੀਕਾ ਤੋਂ ਕਨੇਡਾ ਤੋਂ ਮਨੀਲਾ ਤੋਂ ਬਹੁਤ ਦੂਰੋਂ ਦੂਰੋਂ ਆ ਕੇ ਸੰਗਤਾਂ ਨੇ ਇਸ ਸਥਾਨ 'ਤੇ ਹਾਜ਼ਰੀਆਂ ਪਈਆਂ ਪੰਜਾਬ ਹਰਿਆਣਾ ਰਾਜਸਥਾਨ ਬਹੁਤ ਜਗ੍ਹਾ ਤੋਂ ਸੰਗਤ ਇਸ ਸਥਾਨ 'ਤੇ ਹਾਜ਼ਰੀ ਭਰੀ ਆ ਸੋ ਇੱਥੇ ਸਾਧੂ ਮਹਾਂਪੁਰਸ਼ਾਂ ਦਾ ਵੀ ਅਤੇ ਸੰਗਤ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਅਤੇ ਧੰਨਵਾਦ ਆ ਮੇਰੇ ਭਾਈਆਂ ਦਾ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵਾਰੀ ਖੜ੍ਹਦੇ ਨੇ ਮੇਰੇ ਨਾਲ ਮੇਰਾ ਸਾਥ ਦਿੰਦੇ ਨੇ ਮੇਰਾ ਪ੍ਰੋਗਰਾਮ ਭੁਗਤਾਉਂਦੇ ਨੇ ਇਹਨਾਂ ਮੈਂ ਦੋਨੋਂ ਤਿੰਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੰਨਾ ਕਹਿੰਦਾ ਹੋਇਆ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਬੋਲਣਾ ਜੀ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਅੱਜ ਆਪਾਂ ਰਾਮਪੁਰਾ ਨਰਾਇਣਪੁਰਾ ਵਿਖੇ ਆਏ ਹਾਂ ਸੋ ਅੱਜ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਸਮਾਗਮ ਕਰਵਾਇਆ ਜਿਹਦੇ ਵਿੱਚ ਮਹਾਂਪੁਰਸ਼ਾਂ ਦੀਆਂ ਵਾਸੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਬਹੁਤ ਦੂਰੋਂ ਦੂਰੋਂ ਮਹਾਂਪੁਰਸ਼ ਸਾਧੂ ਜਨ ਚੱਲ ਕੇ ਆਏ ਸੋ ਸੰਗਤਾਂ ਵੀ ਯੂਪੀ ਤੋਂ ਹੋਰ ਵੀ ਬਾਹਰੋਂ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਆ ਕੇ ਬਹੁਤ ਸੇਵਾ ਕੀਤੀ ਤਿੰਨ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਹੋਏ ਅੱਜ ਭੋਗ ਪਾਏ ਗਏ ਉਸ ਤੋਂ ਉਪਰੰਤ ਕੀਰਤਨ ਦਰਬਾਰ ਲੱਗਾ ਗਿਆ ਜਿਹਦੇ ਵਿੱਚ ਬਲਵਿੰਦਰ ਦਾਸ ਜੀ ਮੁੱਲਾਪੁਰ ਵਾਲੇ ਮਹਾਂਪੁਰਸ਼ਾਂ ਨੇ ਕੀਰਤਨ ਕੀਤਾ ਔਰ ਆਏ ਹੋਏ ਸਾਧੂ ਸੰਤਾਂ ਨੇ ਮਹਾਰਾਜ ਜੀ ਨੇ ਆਪਣੀ ਆਪਣੀ ਕਥਾ
ਮਹਾਂਪੁਰਸ਼ਾਂ ਨੇ ਇਕੱਠਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੋ ਅਸੀਂ ਆਪਣੇ ਭਾਈ ਨੂੰ ਮਹੰਤ ਜੋਗਿੰਦਰ ਆਨੰਦ ਜੀ ਮਹਾਰਾਜ ਜੀ ਨੂੰ, ਮਹਾਮੰਡਲੇਸ਼ਵਰ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿ ਜਿਨ੍ਹਾਂ ਨੇ ਐਡਾ ਵੱਡਾ ਸਮਾਗਮ ਕਰਵਾਇਆ। ਸੋ ਇੱਦਾਂ ਹੀ ਇਸ ਸਥਾਨ ਦੇ ਉੱਤੇ ਸਮਾਗਮ ਹੁੰਦੇ ਰਹਿਣ, ਅਤੇ ਸਾਡੇ ਮਹੰਤ ਸੋਹਣਦਾਸ ਜੀ ਦਇਆ ਕਲਾਂ ਵਾਲੇ, ਸੋ ਸਾਰੇ ਅਸੀਂ ਭਾਈ ਸਾਡੇ ਬਜ਼ੁਰਗ ਮਹਾਂਪੁਰਸ਼ ਸਾਡੇ ਨਾਲ ਖੜ੍ਹੇ ਨੇ, ਸੋ ਅਸੀਂ ਸਾਰੇ ਇੱਦਾਂ ਹੀ ਰਲ ਮਿਲ ਕੇ ਮਹਾਂਪੁਰਸ਼ਾਂ ਦੇ ਦਿਨ ਤਿਉਹਾਰ ਮਨਾਉਂਦੇ ਰਹੀਏ, ਤਾਂ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਦਾਰੇ ਕਰਦੇ ਰਹਿਣ। ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170 36301 ਅਤੇ 98141 36301।